ਹੈਲੋ, ਮੇਰਾ ਨਾਂ ਚੌਧਰੀ ਹਰਜਿੰਦਰ ਹੈਗਾ ਅਤੇ ਮੈਂ ਪੰਡੋਰੀ ਨਿਜਰਾਂ ਦਾ ਜੱਟ ਹੈਗਾ। ਸਿੱਖੀ ਅਤੇ ਕ੍ਰਿਸਚੈਨਿਟੀ ਅਤੇ ਰੀਅਲ ਇਸਲਾਮ ਜਿਹੜਾ ਹੈਗਾ ਸ਼ਰੀਆ ਪ੍ਰੀ ਹੈਗਾ, ਸੂਰਜ ਦਾ ਹੈਗਾ, ਚੰਦ ਤਾਰੇ ਦਾ ਨਹੀਂ ਹੈਗਾ। ਇਹ ਚੰਦ ਤਾਰੇ ਦਾ ਇਸਲਾਮ ਮੁੱਲਾ ਦਾ ਹੈਗਾ, ਇਹ ਸ਼ੈਤਾਨ ਹੈਗਾ ਮੁੱਲਾ। ਸ਼ੈਤਾਨ ਪੜ੍ਹੇ ਅਗਦ ਵੇ ਲਾ ਲਓ, ਅਤੇ ਇਸ ਕਰਕੇ ਅਸਲੀਅਤ ਲੋਕਾਂ 'ਚ ਪ੍ਰਗਟ ਕਰੋ ਅਤੇ ਤਦ ਸੁੱਖ ਪਾਓਗੇ, ਨਹੀਂ ਤਾਂ ਤੁਸੀਂ ਮਾਰੇ ਜਾਓਗੇ। ਕਿ ਹੁਣ ਦੁਨੀਆ ਦਾ ਅਖੀਰ ਆਇਆ, ਐਟੋਮਿਕ ਵਾਰ 14 ਮਈ 2023 ਨੂੰ ਲੱਗਣੀ ਹੈਗੀ, ਜਦੋਂ ਇਜ਼ਰਾਈਲ 75 ਈਅਰਸ ਓਲਡ ਹੋਇਆ। ਅੱਗੇ ਅਕਾਲ ਪੁਰਖ ਨੂੰ ਪਤਾ ਹੈਗਾ, ਸਤਿਗੁਰ ਦਾਤਾ ਆਖੀਏ ਸਤਿਗੁਰ, ਯਾਨੀ ਕਿ ਉਹ ਜਿਹੜਾ ਕਿ ਸੱਤ ਦਾ ਗੁਰ ਜਿਹੜਾ ਹੈਗਾ, ਸੱਤ ਹੈਗਾ ਨਾਮ, ਗੁਰ ਹੈਗਾ ਜਿਹੜਾ ਨਾਮ ਦਿੰਦਾ ਹੈਗਾ। ਸਤਿਗੁਰ ਦਾਤਾ ਆਖੀਏ ਉਹ ਦਾਤਾ ਹੈਗਾ, ਕਿਉਂ ਸਤਿਗੁਰੂ ਦੇ ਬਿਨਾਂ ਨਾਮ ਨਹੀਂ ਪਾਇਆ ਜਾਂਦਾ। ਸਤਿਗੁਰ ਕਿੱਥੇ ਹੈਗਾ? ਅੰਦਰ ਹੈਗਾ, ਇਹ ਹਰਿਮੰਦਰ ਹੈਗਾ, ਹਰਿਮੰਦਰ ਦੇ ਵਿੱਚ ਹਰ ਰਹਿੰਦਾ ਹੈਗਾ। ਹਰ ਦਾ ਜਿਹੜਾ ਪੁਜਾਰੀ ਹੈਗਾ ਉਹਨੂੰ ਕਹੀਦਾ ਸਤਿਗੁਰੂ, ਅਤੇ ਉਹ ਸਤਿਗੁਰੂ ਹੈਗਾ ਜਿਹੜਾ ਕਿ ਸੱਤ ਦੇ ਗੁਰ ਦੇ ਹਿਸਾਬ ਨਾਲ ਚੱਲਦਾ ਹੈਗਾ। ਗੁਰ ਹੁੰਦਾ ਢੰਗ, ਸੱਤ ਦਾ ਗੁਰ ਢੰਗ ਹੈਗਾ, ਲੋਜੀਕਲ ਰੀਜ਼ਨਿੰਗ, ਉਹ ਹੈਗਾ ਦਾਤਾ। ਉਹਦੇ ਨਾਲ ਤੁਹਾਨੂੰ ਫਿਰ ਸਤਿਗੁਰ ਪ੍ਰਸ਼ਾਦ ਨਾਮ ਮਿਲਦਾ ਹੈਗਾ ਅਕਾਲ ਪੁਰਖ ਦਾ। ਸਤਿਗੁਰ ਦਾਤਾ ਆਖੀਏ ਤਿਸ ਕਰੇ ਪਸਾਓ, ਉਹਦੇ ਨਾਲ ਜਿਹੜਾ ਉਹਦਾ ਜਿਹੜਾ ਹੈਗਾ ਪਸਾਓ ਹੈਗਾ, ਜਿਹੜਾ ਦੁਨੀਆਂ 'ਚ ਸਾਰੀਆਂ ਚੀਜ਼ਾਂ ਹੋਈਆਂ ਨੇ ਉਹ ਨਾਮ ਨਾਲ ਹੋਈਆਂ ਨੇ। ਨਾਮ ਜਿਹੜਾ ਹੈਗਾ ਉਹ ਸਤਿਗੁਰ ਜਿਹਨੂੰ ਪਤਾ ਹੈਗਾ, ਯਾਨੀ ਕਿ ਗੁਰਸਿੱਖ ਨੂੰ ਪਤਾ ਹੈਗਾ ਨਾਮ ਕੀ ਹੈਗਾ, ਅਤੇ ਉਹ ਫਿਰ ਸਾਰੀਆਂ ਚੀਜ਼ਾਂ ਜਾਣਦਾ ਹੈਗਾ ਵੀ ਕਿੱਦਾਂ ਕਿੱਦਾਂ ਪੈਦਾ ਹੋਈਆਂ, ਕਿੱਦਾਂ ਇਹਦਾ ਸੰਬੰਧ ਹੈਗਾ। ਜਿਹੜਾ ਹੈਗਾ ਨਾ ਆਪਣੇ ਸਤ ਹੈਗਾ ਅਕਾਲ ਪੁਰਖ ਹੈਗਾ, ਇਹਨੂੰ ਸੁਪਰ ਨੈਚੁਰਲ ਫਾਦਰ ਕਹੀਦਾ ਹੈਗਾ, ਪਾਰ ਬ੍ਰਹਮ ਨੂੰ। ਬ੍ਰਹਮਾ ਜਿਹੜਾ ਹੈਗਾ ਉਹ ਨੈਚੁਰਲ ਫਾਦਰ ਹੈਗਾ, ਉਹਨੇ ਕ੍ਰੀਏਟਰ ਕੀਤੇ। ਬ੍ਰਹਮਾ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ, ਜਿਹੜੀ ਦੋ ਅੱਖਾਂ ਨਾਲ ਨਜ਼ਰ ਆਉਂਦੀ, ਜਿਹੜੀ ਹੈਗੀ ਆਪਣੇ ਇਹ ਹੈਗਾ ਤਨ ਨੈਚੁਰਲ, ਇਹ ਬ੍ਰਹਮਾ ਦਾ ਹੈਗਾ। ਜਿਹੜਾ ਸੁਪਰ ਨੈਚੁਰਲ ਰੂਹ ਹੈਗੀ ਉਹ ਪਾਰ ਬ੍ਰਹਮ ਦੀ ਹੈਗੀ, ਪਾਰ ਬ੍ਰਹਮ ਹੈਗਾ ਸੁਪਰ ਨੈਚੁਰਲ। ਸੁਪਰ ਨੈਚੁਰਲ ਵੱਡਾ ਹੁੰਦਾ ਨੈਚੁਰਲ ਨਾਲ, ਅਤੇ ਜੇ ਨੈਚੁਰਲ ਨਾ ਹੋਏ ਤਾਂ ਸੁਪਰ ਨੈਚੁਰਲ ਨਹੀਂ ਹੁੰਦਾ, ਕਿਉਂ ਰੈਲੇਟਿਵ ਹੈਗੀ ਨਾ ਟਰਮਸ। ਅਤੇ ਜਿੰਨਾ ਚਿਰ ਤੁਸੀਂ ਕੱਚੇ ਪਿਓ ਦਾ ਨਹੀਂ ਬਣਦੇ, ਪੱਕੇ ਦੀ ਨਹੀਂ ਬਣ ਸਕਦੇ। ਨੋ ਸਨ ਆਫ ਮੈਨ, ਨੋ ਸਨ ਆਫ ਗੋਡ। ਸਨ ਆਫ ਮੈਨ ਬਣਦਾ ਜਦੋਂ ਆਪਣਾ ਜਾਤ ਦੱਸੇ, ਜਿੱਦਾਂ ਮੈਂ ਦੱਸਿਆ ਨਾ ਮੈਂ ਪੰਡੂਰੀ ਨਿਜਰਾ ਦਾ ਜੱਟ ਹੈਗਾ, ਮੈਂ ਬ੍ਰਹਮ ਕਾ ਬੇਟਾ ਬਣ ਗਿਆ। ਬ੍ਰਹਮ ਕੇ ਬੇਟੇ ਸ਼ਬਦ ਪਛਾਤਾ। ਕਈ ਲੋਕ ਆਪਣੀ ਜਾਤ ਛੁਪਾਉਂਦੇ ਨੇ, ਉਹ ਨਹੀਂ ਨਾਮ ਪਾਉਂਦੇ। ਜਿਹੜਾ ਆਪਣੇ ਪਿਓ ਉਹਨਾਂ ਨੂੰ ਜਾਣਦਾ, ਅਕਾਲ ਪੁਰਖ ਨੂੰ ਕਿਵੇਂ ਜਾਣ ਜਾਏਗਾ? ਸਤਿਗੁਰ ਦਾਤਾ ਆਖੀਏ ਤਿਸ ਕਰੇ ਪਸਾਓ, ਉਹਦਾ ਸਾਰਾ ਪਸਾਰ ਹੈਗਾ ਦੁਨੀਆਂ 'ਚ। ਯਾਨੀ ਕਿ ਬ੍ਰਹਮ ਗਿਆਨੀ ਆਦਮੀ ਬਣ ਜਾਂਦਾ। ਹਉ ਗੁਰ ਵੱਟੋਂ ਸਦਵਾਰਿਆਂ, ਮੈਂ ਉਹਦੇ ਵੱਲੋਂ ਗੁਰ ਹੈਗਾ ਲੋਜੀਕਲ ਰੀਜ਼ਨਿੰਗ ਢੰਗ, ਉਹਦੇ ਵੀ ਢੰਗ ਵੱਲੋਂ ਮੈਂ ਜਿਨ ਮੈਨੂੰ ਸਾਰਾ ਕੁਛ ਪਸਾਓ ਦੱਸਿਆ, ਯਾਨੀ ਕਿ ਹਿਜ਼ ਵਰਡ ਦੱਸਿਆ, ਉਹਦੇ ਵੱਲੋਂ ਮੈਂ ਵਾਰਿਆਂ ਵਾਰਿਆਂ ਜਾਵਾਂ। ਜਿਨ
ਦਿੱਤੜਾ ਨਾ ਜਿਹਨੇ ਮੈਨੂੰ ਨਾਂ ਦਿੱਤਾ, ਜਿਹਨੇ ਮੈਨੂੰ ਅਕਾਲ ਪੁਰਖ ਦਾ ਨਾਮ ਦਿੱਤਾ, ਜਿਹਨੂੰ ਕਹੀਦਾ ਲੋਗੋ, ਲੋਗੋ ਆਰ ਲੋਗਾਈ। ਲੋਗੋ ਜਿਹੜਾ ਹੈਗਾ ਐਂਡ ਪ੍ਰੋਡਕਟ ਆਫ ਲੋਜੀਕਲ ਰੀਜ਼ਨਿੰਗ ਹੈਗੀ। ਸੋ ਧੰਨ ਗੁਰੂ ਸ਼ਾਬਾਸ਼ ਹੈ, ਸੋ ਧੰਨ ਉਹ ਧੰਨ ਸਤਿਗੁਰੂ ਸ਼ਾਬਾਸ਼, ਸ਼ਾਬਾਸ਼ ਹੈ। ਸੱਤ ਦਾ ਗੁਰ ਜਿਹੜਾ ਜਾਣੇ ਉਹਨੂੰ ਸਤਿਗੁਰੂ ਕਹੀਦਾ ਹੈਗਾ, ਜਿਹੜਾ ਅੰਦਰ ਹੈਗਾ ਮੇਰੇ ਅੰਤਰ ਸਤਿਗੁਰੂ ਰਾਧੀਏ ਜੀਵਾ ਜੱਪੇ ਨਾਮ, ਉਹ ਜਿਹੜਾ ਸਤਿਗੁਰੂ ਅੰਦਰ ਹੈਗਾ ਉਹਦੇ ਸ਼ਾਬਾਸ਼ ਹੈਗੀ। ਹਰ ਦੇ ਸੁਨੇਹਾ, ਜਿਹੜਾ ਕਿ ਹਰ ਦਾ ਸੁਨੇਹਾ ਦਿੰਦਾ ਕਿ ਉਹਦੀ ਕੀ ਰਜ਼ਾ ਹੈਗੀ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਉਹਦੀ ਰਜ਼ਾ ਦੇ ਮੁਤਾਬਿਕ ਉਹ ਤੁਹਾਨੂੰ ਦੱਸਦਾ ਵੀ ਆਹ ਰਜ਼ਾ ਹੈਗੀ ਉਹਦੀ, ਜਦੋਂ ਤੁਸੀਂ ਲੋਜੀਕਲ ਰੀਜ਼ਨਿੰਗ ਨਾਲ ਸਮਝਦੇ ਹੈ। ਯਾਨੀ ਕਿ ਪਹਿਲਾਂ ਤੁਸੀਂ ਬ੍ਰਹਮਾ ਕੇ ਬੇਟੇ ਬਣੋ, ਫਿਰ ਤੁਸੀਂ ਪਾਰ ਬ੍ਰਹਮ ਦੇ ਸੁਪਰ ਨੈਚੁਰਲ ਫਾਦਰ ਪਾਰ ਬ੍ਰਹਮ ਦੇ ਬੇਟੇ ਬਣੋਗੇ। ਉਹ ਵੇਖ ਵੇਖ ਸਤਿਗੁਰ ਵਿਕਸਿਆ, ਇਹ ਕਹਿੰਦੇ ਵੀ ਹਉ ਵੇਖ ਵੇਖ, ਦੇਖ ਦੇਖ ਕੇ ਅੱਖਾਂ ਨਾਲ ਜਿਹੜਾ ਸਤਿਗੁਰੂ ਹੈਗਾ ਅੰਦਰ ਉਹ ਵਿਕਸਿਆ, ਉਹ ਬੜਾ ਵਿਕਸਿਆ ਕੀ ਹੈਗਾ, ਵਿਕਸਿਆ ਖਿੜ ਪਿਆ ਹੈ, ਹਾਂ ਵਿਕਸਿਆ ਉਹ ਖਿੜ ਪਿਆ ਹੈਗਾ ਗੁਰ ਸਤਿਗੁਰ ਦੇ। ਗੁਰ ਜਿਹੜਾ ਹੈਗਾ ਢੰਗ, ਉਹ ਸਤ ਦਾ ਗੁਰ ਸਤਿਗੁਰੇ ਦੇ, ਉਹ ਜਿਹੜਾ ਹੈਗਾ ਸਤ ਦਾ ਜਿਹੜਾ ਗੁਰ ਹੈਗਾ ਉਹਦੇ ਨਾਲ ਮਿਲਦਾ ਹੈਗਾ ਨਾਮ, ਅਕਾਲ ਪੁਰਖ ਦਾ ਪਾਉਣ ਦਾ ਢੰਗ ਜਿਹੜਾ ਉਹਦੇ ਸਤਿਗੁਰ ਦੇ ਹਿਸਾਬ ਨਾਲ ਮਿਲਦਾ ਹੈਗਾ। ਜੇ ਜਿਹਨੂੰ ਸਤ ਦਾ ਗੁਰ ਪਤਾ ਹੈਗਾ, ਜਿਹਨੂੰ ਸਤ ਦਾ ਗੁਰ ਹੈਗਾ ਲੋਜੀਕਲ ਰੀਜ਼ਨਿੰਗ ਪਤਾ ਹੈਗਾ, ਗੁਰ ਰਸਨਾ ਅੰਮ੍ਰਿਤ ਬੋਲਦੀ, ਗੁਰ ਹੁੰਦਾ ਢੰਗ, ਢੰਗ ਨਾਲ ਜਿਹੜੀ ਹੈਗੀ ਜ਼ਬਾਨ ਅੰਮ੍ਰਿਤ ਬੋਲਦੀ ਹੈਗੀ, ਆਲ ਪਤਾਲ ਨਹੀਂ ਬੋਲਦੀ, ਢੰਗ ਨਾਲ ਬੋਲਦੀ ਹੈਗੀ। ਹਰ ਨਾਮ ਨਾਮੇ ਸੁਹਾਵੀ, ਉਹ ਫਿਰ ਹਰ ਨਾਮੇ ਸੁਹਾਵੀ, ਉਹ ਰਸਨਾ ਹਰ ਨਾਮ ਨੂੰ ਚੰਗੀ ਲੱਗਦੀ ਹੈਗੀ, ਯਾਨੀ ਕਿ ਹਿਜ ਵਰਡ ਆਪਣੇ ਹਰ ਨੂੰ ਚੰਗੀ ਲੱਗਦੀ ਹੈਗੀ। ਜਿਨ ਸੁਣ ਸਿੱਖਾ ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ, ਜਿਨ ਸੁੱਖ ਜਿਨ ਸੁਣ ਕੇ ਨਾ ਅਤੇ ਸਿੱਖਾ ਗੁਰ ਮੰਨਿਆ, ਸਿੱਖਾ ਹੁੰਦਾ ਜਿਨ ਕੁਛ ਸਿੱਖਿਆ ਹੋਵੇ, ਸਿੱਖ ਨੂੰ ਸਿਕਸ਼ਾ ਲੈਣ ਵਾਲਾ ਜਿਹੜਾ ਹੁੰਦਾ ਉਹਨੇ ਸਿੱਖਿਆ ਲਈ ਨਾ, ਸਿੱਖਿਆ ਜਿਹੜੀ ਹੁੰਦੀ ਜਾਣੀ ਕਿ ਉਹਨੇ ਪੜ੍ਹਿਆ ਕੀ ਹੈ, ਉਹਨੇ ਸਬਕ ਕੀ ਲਿਆ ਹੈਗਾ। ਜਿਨ ਸੁਣ ਸਿੱਖਿਆ ਸਿੱਖਾ ਗੁਰੂ ਮੰਨਿਆ, ਉਹਦਾ ਜਿਹੜਾ ਹੈਗਾ ਨਾ ਗੁਰੂ ਹੁੰਦਾ ਵੀ ਲੋਜੀਕਲ ਰੀਜ਼ਨਿੰਗ ਕਰਕੇ, ਆਪ ਲੋਜੀਕਲ ਰੀਜ਼ਨਿੰਗ ਕਰਕੇ, ਇਹ ਨਹੀਂ ਕਿ ਮੈਂ ਕਰਕੇ ਦੇ ਦਿਆਂ ਉਹਨਾਂ ਨੂੰ। ਜੇ ਤੁਸੀਂ ਕੈਮਿਸਟਰੀ ਪੜ੍ਹਨੀ ਹੈ ਤੁਹਾਨੂੰ ਆਪ ਪੜ੍ਹਨੀ ਪੈਂਦੀ ਹੈਗੀ, ਮੈਂ ਨਹੀਂ ਪੜ੍ਹ ਕੇ ਦੇ ਸਕਦਾ। ਇਸ ਕਰਕੇ ਗੁਰ ਜਿਹੜਾ ਤੁਹਾਨੂੰ ਆਪ ਚਲਾਉਣਾ ਪੈਣਾ ਹੈਗਾ, ਜਿੰਨਾ ਚਿਰ ਤੁਹਾਡੇ ਪੱਲੇ ਗੁਰ ਨਹੀਂ ਹੈਗਾ ਤੁਸੀਂ ਇਸ ਸਿੱਖਿਆ ਨਹੀਂ ਮੰਨ ਸਕਦੇ। ਗੁਰ ਮੰਨਿਆ ਤਿੰਨਾ ਭੁੱਖ ਸਭ ਜਾਵੀ, ਉਹਨਾਂ ਦੀ ਸਾਰੀ ਭੁੱਖ ਉੱਤੇ ਜਾਂਦੀ। ਪਤਾ ਨਾ ਜਿਹੜਾ ਹੈਗਾ ਚਾਰ ਪ੍ਰੀਤੀਆਂ ਨੇ, ਹੋਮੇ ਮਨ ਬੁੱਧੀ ਅਤੇ ਚਿੱਤ। ਹੋਮੇ ਵਾਲਾ ਹੁੰਦਾ ਜਿਹਨੂੰ ਉਹਨੂੰ
ਸੋਚ ਨਹੀਂ ਸਕਦਾ ਉਹਦੇ ਕਿ ਹੋਮੇ ਜਿਹੜੀ ਦੁਸ਼ਮਣ ਹੈਗੀ ਸੁਰਤੀ ਦੀ। ਤਦ ਸਤਿਗੁਰੂ ਅੰਗਦ ਦੇਵ ਜੀ ਨੇ ਹੋਮੇ ਦਾ ਇਲਾਜ ਕੀਤਾ ਸੀਗਾ, ਉਹਨਾਂ 'ਚ ਕੁਸ਼ਤੀਆਂ ਕਰਾਈਆਂ, ਉਹਨਾਂ ਬਚਨ ਹੀ ਕੋਈ ਬੋਲਿਆ ਉੱਚਾ, ਅਤੇ ਫਿਰ ਸਤਿਗੁਰੂ ਅਮਰਦੇਵ ਜੀ ਦਾ ਹੱਥ ਫੜਾਇਆ, ਉਹਨਾਂ ਨੇ ਦੁੱਖ ਦਾ ਭੰਨੀ ਸੀਗੀ, ਫਿਰ ਬੰਦ ਭੰਨ ਕੇ ਫਿਰ ਚੌਥੇ ਸਤਿਗੁਰੂ ਰਾਮਦਾਸ ਜੀ ਦੇ ਹੱਥ ਫੜਾਏ, ਉਹਨਾਂ ਨੇ ਫਿਰ ਉਹਨਾਂ ਦਾ ਜਿਹੜਾ ਮੋਹ ਭੰਨਿਆ ਸੀਗਾ, ਉਹਨਾਂ ਨੂੰ ਗੁਰਮੁਖ ਬਣਾਇਆ, ਉਹਨਾਂ ਨੂੰ ਸੀਲ ਟੂ ਸਰਵ ਗੋਡ ਬਣਾਇਆ। ਉਹ ਹੁੰਦੇ ਨੇ ਗੁਰਮੁਖ ਜਿਹੜੇ ਸੀਲ ਟੂ ਸਰਵ ਗੋਡ। ਉਹਨਾਂ ਲਈ ਹੈਗਾ ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆ ਪਾਰ, ਉਹਨੂੰ ਭੁੱਖ ਹੈਗੀ ਨਾਮ ਦੀ, ਉਹ ਫਿਰ ਸਾਰੀ ਭੁੱਖ ਉਤਰਦੀ ਹੈਗੀ ਜਦੋਂ ਤੁਹਾਡੇ ਗੁਰ ਪੱਲੇ ਪੈ ਜਾਵੇ। ਜੇ ਗੁਰ ਨਹੀਂ ਹੈਗਾ, ਲੋਜੀਕਲ ਰੀਜ਼ਨ ਨਹੀਂ ਕਰ ਸਕਦੇ, ਨਾਮ ਨਹੀਂ ਮਿਲਦਾ, ਨਾਮ ਨਹੀਂ ਮਿਲਦਾ ਤਾਂ ਭੁੱਖ ਨਹੀਂ ਉਤਰਦੀ। ਹਰ ਕਾ ਮਾਰਗ ਆਖੀਏ ਕਹੋ ਕਿਤ ਬਿਦ ਜਾਈਏ, ਹਰ ਕਾ ਮਾਰਗ, ਹਰ ਦਾ ਮਾਰਗ ਜਿਹੜਾ ਆਖੀਏ, ਉਹ ਆਖੀਏ ਕਿਹਦੇ ਕਹੀਏ, ਕਹੋ ਕਿਤ ਬਿਦ ਜਾਈਏ, ਕਿਸ ਬਿਦ ਯਾਨੀ ਤਰੀਕੇ ਨਾਲ ਜਾਈਏ। ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਏ, ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਏ। ਉਹਦਾ ਹਰ ਦਾ ਨਾਮ ਆਪਣੇ ਕਿਰਤੇ 'ਚ ਲੈ ਕੇ ਇਹ ਤੁਸੀਂ ਪ੍ਰਚਾਰ ਕਰਨਾ ਹੈਗਾ। ਜਿੰਨਾ ਚਿਰ ਪ੍ਰਚਾਰ ਨਹੀਂ ਕਰਦੇ ਤੁਹਾਨੂੰ ਨਾਮ ਨਹੀਂ ਪੱਕਾ ਹੁੰਦਾ। ਜੇ ਤੁਸੀਂ ਬਾਣੀ ਸਮਝ ਲਈ ਹੈਗੀ ਅਤੇ ਮੁੱਖੋਂ ਨਹੀਂ ਬੋਲਿਆ ਨਾ, ਤਾਂ ਉਹ ਫਿਰ ਬਾਣੀ ਜਿਹੜੀ ਮੁੱਖੋਂ ਜਿਹੜੀ ਅੰਦਰ ਹੈਗੀ, ਯੂ ਆਰ ਪੁਟਿੰਗ ਲਾਈਟ ਅੰਡਰ ਬੁਸ਼ਲ, ਜਦੋਂ ਬੁਸ਼ਲ ਵਿੱਚ ਲਾਈਟ ਪਾਈ ਤਾਂ ਜਿਹੜੀ ਦਿੱਤੀ ਹੁੰਦੀ ਉਹ ਵੀ ਫਿਰ ਚਲੀ ਜਾਂਦੀ ਹੈ। ਉਹ ਕਹਿੰਦੇ ਜੇ ਉਹਦਾ ਹੈਗਾ ਵੀ ਜੇ ਤੁਸੀਂ ਉਹਨੂੰ ਵਧਾਉਣਾ ਹੈਗਾ ਤਾਂ ਉਹਨੂੰ ਖਰਚ ਕਰੋ, ਖਰਚ ਕਰੋਗੇ ਤੁਹਾਨੂੰ ਹੋਰ ਪਾਣੀ ਦਿੱਤੀ ਜਾਊਗੀ। ਜਿਨ ਗੁਰਮੁਖ ਹਰ ਅਰਾਧਿਆ ਸਹਿ ਸਾਹ ਵੱਡ ਦਾਣੇ, ਉਹ ਜਿਨ ਗੁਰਮੁਖ ਹਰ ਅਰਾਧਿਆ, ਜਿਹੜੇ ਗੁਰਮੁਖ ਜਿਹਨਾਂ ਨੇ ਹਰ ਦੀ ਪ੍ਰਚਾਰ ਕੀਤਾ, ਗੋਸਪੋ ਦਾ ਪ੍ਰਚਾਰ ਕੀਤਾ, ਸਹਿ ਉਹ ਸ਼ਾਹ ਵੱਡ ਦਾਣੇ, ਉਹ ਸਾਰਿਆਂ ਨਾਲ ਵੱਡੇ ਅਕਲਮੰਦ ਅਤੇ ਸ਼ਾਹ ਯਾਨੀ ਕਿ ਖਜ਼ਾਨੇ ਦੇ ਮਾਲਕ ਹੈਗੇ ਨੇ। ਹੋ ਸਤਿਗੁਰ ਕੋ ਸਦ ਵਾਰੇ ਵਾਰਿਆ, ਹੋ ਸਤਿਗੁਰ ਕੋ ਸਦ ਵਾਰਿਆ ਗੁਰ ਬਚਨ ਸਮਾਨੇ, ਉਹ ਹੋ ਸਤਿਗੁਰ, ਸਤਿਗੁਰ ਸੱਤ ਦਾ ਗੁਰ ਜਿਹੜਾ ਸੱਤ ਦਾ ਢੰਗ ਉਹ ਅਸੀਂ ਅਪਣਾਇਆ ਹੈਗਾ, ਉਹ ਸਦ ਵਾਰਿਆ ਉਹਦੇ ਤੋਂ ਕੁਰਬਾਨ ਜਾਵਾਂ, ਸੱਤ ਦੇ ਗੁਰ ਜੀ ਨੇ ਮੈਨੂੰ ਨਾਮ ਦਿੱਤਾ, ਨਾਮ ਦਾ ਖਜ਼ਾਨਾ ਲੱਭ ਕੇ ਦਿੱਤਾ ਹੈਗਾ। ਗੁਰਬਚਨ ਸਮਾਣੇ, ਉਹ ਫਿਰ ਜਿਹੜਾ ਉਹਦਾ ਬਚਨ ਹੈਗਾ, ਗੁਰਬਚਨ ਹੈਗਾ ਜਿਹੜਾ ਲੋਜੀਕਲ ਰੀਜਨਿੰਗ ਨਾਲ ਬੋਲਿਆ ਜਾਏ, ਤੱਤ ਮੋੜ ਉਹ ਤੁਹਾਡੇ ਫਿਰ ਦਿਲ 'ਚ ਸਮਾ ਜਾਂਦਾ ਹੈਗਾ। ਤੂੰ ਠਾਕਰ ਤੂੰ ਸਾਬੋ, ਤੂੰ ਹੈਗਾ ਸਾਰਿਆਂ ਠਾਕਰ ਹੈਗਾ, ਤੂੰ ਸਭ ਹੋ, ਤੂੰ ਹੀ ਸਾਹਿਬ ਹੈਗਾ, ਹੋਰ ਕੋਈ ਨਹੀਂ ਹੈਗਾ, ਦੂਜਾ ਨਹੀਂ ਹੈਗਾ। ਤੂੰ ਮੇਰਾ ਮੀਰਾ, ਤੂੰ ਹੀ ਮੇਰਾ ਮੀਰਾ ਹੈਗਾ, ਵੀ ਮੇਰਾ ਵੀ ਸਾਥੀ ਹੈਗਾ। ਤੁਧ ਪਾਵੇ ਤੇਰੀ ਬੰਦਗੀ, ਜਿਹੜੀ ਤੈਨੂੰ ਪਾਉਂਦੀ ਹੈਗੀ ਉਹੀ ਤੇਰੀ ਬੰਦਗੀ ਹੈਗੀ। ਤੂੰ ਗੁਣੀ ਗਹੀਰਾ, ਤੇਰੇ 'ਚ ਬਹੁਤ ਗੁਣ ਹੈਗੇ, ਅਸੀਂ ਉਹਦੀ ਸਿਫਤਾਂ ਕਰਦੇ ਹੈਗੇ, ਅਸੀਂ ਥੱਕ ਜਾਂਦੇ ਉਹਦੀਆਂ ਤੇਰੀਆਂ ਸਿਫਤਾਂ ਕਰਦੇ। ਤੂੰ ਇੰਨਾ ਗਹੀਰਾ ਡੂੰਘਾ ਹੈਗਾ, ਤੇਰੇ ਖਜ਼ਾਨਾ ਤੇਰਾ ਇੰਨਾ ਡੂੰਘਾ ਹੈਗਾ। ਆਪੇ ਹਰ ਇੱਕ ਰੰਗ ਹੈ, ਆਪੇ ਹਰ ਇੱਕ ਰੰਗ ਹੈ,
ਆਪੇ ਬਹੁ ਰੰਗੀ, ਯਾਨੀ ਕਿ ਉਹਦੇ ਕਈ ਗੁਣ ਹੈਗੇ ਨੇ। ਜਦੋਂ ਰਹਿਮ ਕਰਦਾ ਤਾਂ ਉਹਨੂੰ ਕਹੀਦਾ ਰਹੀਮ, ਅਤੇ ਜਦੋਂ ਬਖਸ਼ਦਾ ਗਾ ਉਹਨੂੰ ਬਖਸ਼ਿੰਦਾ, ਅਤੇ ਇੱਦਾਂ ਇਹਦੇ ਰੰਗ ਹੈਗੇ ਨੇ। ਜੋ ਤੇ ਸਫਾਵੇ ਨਾਨਕਾ ਸਾਈ ਗੱਲ ਚੰਗੀ, ਜੋ ਤੈਨੂੰ ਪਾਉਂਦੀ ਹੈਗੀ ਉਹੀ ਗੱਲ ਚੰਗੀ ਹੈਗੀ, ਬਾਕੀ ਦੀਆਂ ਕੂੜ ਉਹ ਕੂੜ ਡੋਬੇ ਪੂਰ ਜਿਹੜੇ ਆਪਣੀਆਂ ਸਿਫਤਾਂ ਕਰਦੇ ਜਾਂ ਹੋਰ ਆਲ ਪਤਾਲ ਬੋਲਦੇ ਨੇ ਉਹ ਕੂੜ ਬੋਲਦੇ ਨੇ। ਕੂੜ ਡੋਬੇ ਪੂਰ, ਸੱਚ ਦਾ ਉਲਟ ਹੈਗਾ ਕੂੜ, ਅਤੇ ਸੱਚ ਦਾ ਉਲਟ ਹੈਗਾ ਝੂਠ। ਝੂਠ ਹੈਗਾ ਵੀ ਆ ਜਿੱਦਾਂ ਹੈਗਾ ਆ ਪੈੱਨ ਇੱਕ ਹੈਗਾ, ਜੇ ਮੈਂ ਕਹਾਂ ਇਹ ਦੋ ਹੈਗੇ ਨੇ, ਅੱਖਾਂ ਤੋਂ ਪਤਾ ਲੱਗ ਜਾਂਦਾ ਵੀ ਇੱਕ ਹੈਗਾ, ਇਹ ਤਾਂ ਦੋ ਅੱਖਾਂ ਜਿਹੜੀਆਂ ਨੈਚੁਰਲ ਉਹ ਦੱਸ ਦਿੰਦੀਆਂ ਵੀ ਇੱਕ ਹੈਗਾ। ਇਹ ਸੱਤ ਜਿਹੜਾ ਹੈਗਾ ਇਹ ਨੈਚੁਰਲ ਅੱਖਾਂ ਨਾਲ ਨਹੀਂ ਨਜ਼ਰ ਆਉਂਦਾ, ਇਹ ਜਿਹਦੇ ਕੋਲ ਤੀਜੀ ਅੱਖ ਹੈਗੀ ਮਨ ਦੀ ਲੋਜੀਕਲ ਰੀਜਨਿੰਗ ਦੀ, ਉਹਦੇ ਨਾਲ ਪੱਖੀ ਪੇਖਿਆ ਜਾਂਦਾ, ਸੱਤ ਦੇਖਿਆ ਨਹੀਂ ਜਾਂਦਾ। ਸੱਤ ਪੇਖੀ ਦਾ ਹੈਗਾ, ਜਿਹਦੇ ਕੋਲ ਪੇਖਣ ਦੀ ਹੈਗੀ ਸ਼ਕਤੀ, ਲੋਜੀਕਲ ਰੀਜਨਿੰਗ ਦੀ ਸ਼ਕਤੀ ਹੈਗੀ, ਉਹੀ ਨਾਮ ਉਹਦਾ ਪਾਉਂਦਾ ਅਤੇ ਉਹੀ ਉਹਨੂੰ ਗੱਲ ਚੰਗੀ ਲੱਗਦੀ ਹੈ। ਅਕਾਲ ਪੁਰਖ ਨੂੰ ਉਹ ਨਹੀਂ ਚੰਗੀ ਲੱਗਦੀ ਜਿਹੜੀ ਕਿ ਤੁਸੀਂ ਆਪਣੇ ਮਨੋਂ ਲਾਉਂਦੇ ਹੈ। ਇਹ ਹੈਗੀ ਇਹਦੀ ਬਾਣੀ, ਪੇਜ ਹੈਗਾ ਇਹੋ 726, ਸਤਿਗੁਰੂ ਰਾਮਦਾਸ ਜੀ।